ਸਤਿ ਸ੍ਰੀ ਅਕਾਲ ਵੀਰ ਜੀ, ਮੈਂ ਥਾਰਾ ਗੱਲਾਂ ਗਲਾਕੜ ਪਰਮਜੀਤ ਲਾਡਾ। ਆਰ ਵੀਰ, ਸਾਰਿਆਂ ਨੂੰ ਪਹਿਲਾਂ ਮੈਂ ਬੇਨਤੀ ਕਰਾਂ, ਜਿਤਨੇ ਮੇਰੇ ਵੀਰ ਭੈਣ ਭਾਈ ਮੈਨੂੰ ਸੁਣ ਰਹੇ ਆ ਔਰ ਦੇਖ ਰਹੇ, ਫਟਾਫਟ ਜਾਓ ਯੂਟਿਊਬ ਦੇ ਉੱਪਰ। ਮੈਂ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਵੀ ਲਿੰਕ ਪਾਵਾਂਗਾ ਆਪਣੇ ਚੈਨਲ ਦਾ, ਪੰਜਾਬੀ ਬਲੌਗਰ। ਇਹੋ ਚੈਨਲ ਨੂੰ ਜਾ ਕੇ ਇੱਕ ਤਾਂ ਸਬਸਕ੍ਰਾਈਬ ਕਰੋ ਵੀਰ, ਬੇਨਤੀ ਕਰ ਰਿਹਾ। ਇੱਕ ਵੀਡੀਓ ਰੋਜ਼ ਪਾਏ ਕਰਾਂ ਮੈਂ ਇਸਕੇ ਉੱਪਰ, ਜਦ ਵੀ ਟਾਈਮ ਲਗਾ ਆਪਾਂ ਕਮੇਡੀ ਵੀਡੀਓ ਪਾਵਾਂ ਇਸਕੇ ਉੱਪਰ। ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਮੇਰਾ ਭਰਾ, ਜਿਤਨੇ ਮੇਰੇ ਵੀਰ ਭੈਣ ਭਾਈ ਸੁਣ ਰਹੇ ਵੀਰ, ਸਪੋਰਟ ਕੀ ਬਹੁਤ ਲੋੜ ਹੈ। ਤੁਹਾਨੂੰ ਪਤਾ ਵੀਰ, ਆਰਟਿਸਟ ਕਾ ਹੌਸਲਾ ਜਦ ਵਧਾ ਜਦ ਇਸਕੇ ਵਿਊ ਵਧਾ। ਪੰਜਾਬੀ ਬਲੌਗਰ ਆਪਾਂ ਵੀਰ ਵੀਰਵਾਰ ਵਾਲੇ ਦਿਨ ਨਾ ਬੁੱਧਵਾਰ ਨੂੰ, ਬੁੱਧਵਾਰ 6 ਤਰੀਕ ਨੂੰ ਇਹੋ ਇੱਕ ਬਹੁਤ ਕਮੇਡੀ ਫਿਲਮ ਪਾ ਰਹੇ ਆਪਾਂ ਇਸਕੇ ਉੱਪਰ, ਬਣਾ ਲਈ, ਐਡਿਟ ਹੋ ਰਹੀ, ਧੂਣਾ ਝਾੜੋ ਬਾਬਾ ਜੀ। ਜੋ ਬਹੁਤ ਵਧੀਆ ਕੰਸੈਪਟ ਹੋਵੇਗਾ ਥਾਰੇ ਖਾਤਰ, ਇਸ ਨੂੰ ਜ਼ਰੂਰ ਥੰਮ ਜ਼ਰੂਰ ਸੁਣਿਓ ਦੇਖਿਓ। ਖਬਰਾਂ ਕੀ ਬਾਤ ਕਰਾਂ ਵੀਰ, ਇੱਕ ਰਿਕੁਐਸਟ ਮੈਂ ਹੋਰ ਕਰਾਂ ਸਾਰਿਆਂ ਨੂੰ, ਇਹ ਇਮਾਨਦਾਰੀ ਗੱਲ, ਜਿਤਨੇ ਮੇਰੇ ਵੀਰ ਭੈਣ ਭਾਈ ਕਮੈਂਟ ਕਰਾਉਣਾ ਮੈਨੂੰ, ਮੈਨੂੰ ਪਤਾ ਸਾਰੇ ਇਹ ਕਮੈਂਟ ਮੇਰੇ ਕਰਾਂ ਪ੍ਰੋਗਰਾਮ ਦੇਖਾ, ਸੱਚੀ ਦੱਸਿਓ ਕਿਸਕੇ ਪਿੰਡ ਮਾਂ, ਕਿਸਕੇ ਸ਼ਹਿਰ ਮਾਂ, ਕਿਸਕੇ ਹਲਕੇ ਕੇ ਵਿੱਚ ਮਾਂ ਬਿਜਲੀ ਕੇ ਕੱਟ ਲੱਗ ਰਹੇ, ਪਿੰਡਾਂ ਮਾਂ ਸ਼ਹਿਰਾਂ ਮਾਂ ਰੋਜ਼ ਕਿਤਨੀ ਦੇਰ ਕਾ ਕੱਟ ਲੱਗ ਰਿਹਾ, ਇਸਕੀ ਜਾਣਕਾਰੀ ਜ਼ਰੂਰ ਦਿਓ। ਇਮਾਨਦਾਰੀ ਗੱਲ, ਬਿਮਾਰੇ ਪਿੰਡ ਕੱਟ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ, ਲੱਗ ਰਿਹਾ ਤਾਂ ਕਿਤਨੀ ਦੇਰ ਕਾ ਲੱਗ ਰਿਹਾ, ਇਹੋ ਜ਼ਰੂਰ ਲਿਖਾ ਦਿਓ ਵੀਰ। ਆਪਾਂ ਦੇਖਾਂ ਵੀ ਕਿਹੜੇ ਕਿਹੜੇ ਇਲਾਕੇ ਮੈਂ ਕਿਤਨੀ ਕਿਤਨੀ ਲਾਈਟ ਜਾ ਰਹੀ, ਘੁਮਾਰੇ ਇਲਾਕੇ ਮੈਂ ਲਾਈਟ ਜਾ ਰਹੀ। ਔਰ ਇਸਕੇ ਵਿੱਚੋਂ ਵੀਰ ਵਿਧਾਨ ਸਭਾ ਦੀਆਂ ਝਲਕੀਆਂ ਸਾਰੇ ਗੱਲ ਜ਼ਰੂਰ ਸਾਂਝੇ ਕਰਾਂ। ਕੱਲ੍ਹ ਇੱਕ ਦਿਨ ਕਾ ਵਿਧਾਨ ਸਭਾ ਇਜਲਾਸ ਜਿਹੜਾ ਮਨਾਇਆ ਤਾ, ਉੱਥਾ ਕੱਲ੍ਹ ਸਾਰੇ ਲੀਡਰ ਮੰਤਰੀ ਸੰਤਰੀ ਇਕੱਠੇ ਹੋਏ ਅਤੇ ਕੱਲ੍ਹ ਫਿਰ ਉੱਥਾ ਇਹ ਧਾਂਦੜ ਜੀ ਪੈ ਗਈ ਵੀਰ। ਔਰ ਵੀਰ ਇਸਕੇ ਵਿੱਚ ਮੈਂ ਭਗਵੰਤ ਮਾਨ ਕਹਿ ਰਿਹਾ, ਕੇਂਦਰ ਸਰਕਾਰ ਨੇ ਕੇਂਦਰੀ ਪੂਲ 'ਚੋਂ ਦਿੱਤੀ ਜਾਣ ਵਾਲੀ ਕਹਿ ਲਾਈਟ ਬੰਦ ਕਰਤੀ, ਔਰ ਜੋ ਦਿੱਲੀ ਹਾਈ ਕੋਰਟ ਨੇ ਰੋਕ ਦਿੱਤੀ। ਔਰ ਵੀਰ ਲਾਈਟ ਹੀ ਮਿਲਣੀ ਨਹੀਂ ਝੋਨਾ ਲਾਉਣ ਵਾਲੇ ਜਿਤਨੇ ਜ਼ਿਮੀਦਾਰ ਭੈਣ ਭਾਈ, ਇਹਨਾਂ ਨੂੰ ਮੈਂ ਕਲੀਅਰ ਕਰਦਾ ਵੀ ਐਤਕੀ ਜੇ ਕੋਲਾ ਨਾ ਟਾਈਮ ਗੇਲ ਪਹੁੰਚਿਆ ਲਾਈਟ ਨਹੀਂ ਵੀਰ ਪੂਰੀ ਹੁੰਦੀ, ਕੋਲਾ ਵੀ ਮੰਗਾ ਲਿਓ ਪਰ ਇਹੋ ਕਹਿ ਲਓ ਵੀਰ ਇਸਕੀ ਪੂਰਤੀ ਪੂਰੀ ਕਰਨੀ ਬਹੁਤ ਔਖੀ ਹੋਵੇਗੀ, ਕਿਉਂਕਿ ਗਰਮੀਆਂ ਦੇ ਵਿੱਚ ਮੈਂ ਲਾਈਟ ਕੀ ਮੰਗ ਬਾਜਾ। ਔਰ ਝੰਡੇ ਕੀ ਸਰਕਾਰ ਜਿੱਤੀ ਉਹ ਆਹ ਟਾਈਮ ਦੇ ਵਿੱਚ ਜਦ ਵੀਰ ਲਾਈਟ ਇਹੋ ਕਹਿ ਲਓ ਗਰਮੀ ਅੰਤਾਂ ਕੀ ਪੈ ਰਹੀ, ਅੰਤਾਂ ਕੀ ਗਰਮੀ ਪੈਣ ਕਰਕੇ ਜੋ ਸਾਰਾ ਚੱਕਰ ਪੈ ਰਿਹਾ। ਬਾਕੀ ਵੀਰ ਕੱਲ੍ਹ ਉੱਥਾਂ ਭਗਵੰਤ ਮਾਨ ਕਹਿ ਰਿਹਾ ਨਾਗਪੁਰੀ ਸੰਤਰਾ ਤੋਂ ਕੁਛ ਸੁਣਿਆ ਤਾਂ ਨਾਗਪੁਰੀ ਭਾਸ਼ਣ ਪਹਿਲੀ ਵਾਰ ਸੁਣਿਆ। ਹਰਪਾਲ ਚੀਮਾ ਕਹਿ ਰਿਹਾ ਕਹਾ ਬਾਜਵਾ ਸਾਹਿਬ ਕਹਿ ਈ ਵਿਧਾਨ ਸਭਾ ਦੇ ਅੰਦਰ ਥਾਰੀ ਬਦਮਾਸੀ ਨਹੀਂ ਚੱਲਣੀ। ਔਰ ਭਗਵੰਤ ਮਾਨ ਕਹਿ ਰਿਹਾ ਜੇ ਮੁੰਡਾ ਪਹਿਲੀ ਵਾਰ ਵਿਧਾਇਕ ਬਣਿਆ ਤਾਂ ਕਹਾ ਉਸ ਨੂੰ ਸਿਖਾ ਕੇ ਲਿਆਓ, ਕਹਾ ਇਹ ਨਹੀਂ ਬੋਲਣਾ ਇਹਦੇ ਵਿੱਚ, ਕਹਾ ਖੱਡ ਅਤੇ ਖੰਡ ਮਿੱਲਾਂ ਬੋਲਦੀਆਂ। ਔਰ ਇਸਕੇ ਗੈਲ ਗੈਲ ਪ੍ਰਗਟ ਸਿੰਘ ਨੇ ਜਦੋਂ ਕਿਹਾ ਕਹਿ ਵੀ ਗਲਤ ਕੰਮ ਕਰਨ ਵਾਲਿਆਂ ਨੂੰ ਠੋਕੋ, ਤਾਂ ਭਗਵੰਤ ਮਾਨ ਕਹਿ ਰਿਹਾ ਠੋਕੋ ਤਾਲੀ ਵਾਲਾ ਤਾਂ ਵਿਧਾਨ ਸਭਾ ਦੇ ਵਿੱਚ ਪਹੁੰਚਿਆ, ਵਿਧਾਨ ਸਭਾ ਦੇ ਵਿੱਚ ਹੈ ਨਹੀਂ, ਪਹੁੰਚਿਆ ਨਹੀਂ, ਵਕਤ ਕਹਿ ਰਿਹਾ ਬੜਾ ਬਲਵਾਨ। ਔਰ ਭਗਵੰਤ ਮਾਨ ਕਹਿ ਰਿਹਾ ਪੰਜਾਬ ਖੂਹ ਮਾਂ ਡਿੱਗਿਆ ਪਿਆ, ਕਹਾ ਆਓ ਇਕੱਠੇ ਹੋ ਕੇ ਸਾਰੇ ਇਸਨੂੰ ਬਾਹਰ ਕੱਢੀਏ। ਔਰ ਸੁੱਖੀ ਰੰਧਾਵਾ ਕਹਿ ਮੰਨਾ ਕਹਾ ਵੀ 4.5 ਸਾਲ ਕਾਂਗਰਸ ਨੇ ਕੁਛ ਨਹੀਂ ਕਰਿਆ, ਸੁੱਖੀ ਰੰਧਾਵਾ ਕੱਲ੍ਹ ਮੰਨ ਗਿਆ ਵੀਰ। ਔਰ ਉੱਧਰ ਕਹਿ ਲਓ ਵੀਰ ਕਹਾ ਵੀ ਥੰਮ ਸੀਸਵਾ ਫਾਰਮ ਕੇ ਦਰਵਾਜ਼ੇ ਨਹੀਂ ਖੋਲ੍ਹੇ, ਜੋ ਭਗਵੰਤ ਮਾਨ ਕਹਾ ਬਾਜਵਾ ਸਾਹਿਬ ਕਹਾ ਥੰਨ ਹੈ ਚਿੱਠੀਆਂ ਮਹਿਲਾਂ ਕੇ ਗੇਟ ਪਾ ਦੇ ਥਾਲਿਆਂ ਨੂੰ ਸਿੱਟੀਆਂ ਕਹਾ ਬਹੁਤ, ਪਰ ਕੈਪਟਨ ਸਾਹਿਬ ਨੇ ਚੱਕਾ ਸਾਰੀ ਚਿੱਠੀਆਂ ਥਾਰੀਆਂ ਕੂੜੇਦਾਨ ਵਾਂ ਗੇਰਤੀਆਂ। ਔਰ ਕੱਲ੍ਹ ਤੱਥਾਂ ਕੇ ਆਧਾਰ ਪਰ ਗੱਲ ਕਰਨ ਵਾਲਾ ਸੁਖਪਾਲ ਖਹਿਰਾ ਆਪ ਬਚ ਕੇ ਪਤਲੀ ਗਲੀ ਵਾਂ ਲੰਘ ਗਿਆ ਕੱਲ੍ਹ ਵੀਰ, ਬਸ ਟਾਈਮ ਬਹੁਤ ਖੜਿਆ ਹੀ ਨਹੀਂ ਉੱਥਾ। ਔਰ ਭਗਵੰਤ ਮਾਨ ਮੁੱਖ ਮੰਤਰੀ ਕੀ ਕਹਿ ਬਾਡੀ ਲੈਂਗੁਏਜ 'ਤੇ ਲੱਗ ਰਿਹਾ ਤਾਂ ਵੀ ਬਹੁਤ ਚੜ੍ਹਦੀ ਕਲਾ ਕੇ ਵਿੱਚ, ਔਰ ਇਸ ਤਰ੍ਹਾਂ ਲੱਗ ਰਿਹਾ ਕੇਂਦਰ ਸਰਕਾਰ ਇਹੋ ਜਿਹੜਾ ਜਿਹੜਾ ਕੱਲ੍ਹ ਰੈਜੂਲੇਸ਼ਨ ਜਾਂ ਪਾਸ ਕਰਿਆ ਵੀ ਉਹ ਝੱਟ ਮੰਨ ਜਾਏਗੀ, ਮੈਨੂੰ ਤਾਂ ਲੱਗਦਾ ਨਹੀਂ ਵੀਰਾ। ਇਹਨਾਂ ਨੇ ਤਾਂ ਕਿਸਾਨਾਂ ਨੂੰ 1 ਸਾਲ 1.5 ਸਾਲ ਉੱਥਾ ਰੱਖਿਆ ਬੰਨਗਾ ਵੀਰ, ਇਹੋ ਕਿੱਥਾ ਇਹੋ ਇਤਨੀ ਗੱਲ ਛੇਤੀ ਮੰਨ ਜਾਏਗੇ, ਇਹ ਤਾਂ ਚੰਡੀਗੜ੍ਹ ਦੱਬ ਕਾਟੇਂਗੇ। ਚੰਡੀਗੜ੍ਹ ਵੈਸੇ ਹੈ ਪੁਆਧੀਆਂ ਗਾ ਵੀਰ, ਪੁਆਧੀਆਂ ਦਾ ਇਲਾਕਾ ਦਾ ਮਾਰਾ ਇਲਾਕਾ ਦਾ ਪੁਆਧ ਵਾਲਿਆਂ ਦਾ, ਪਰ ਇਹਨਾਂ ਨੇ ਦੇਖ ਲਿਓ ਵੀਰ ਉੱਥਾਂ ਸਾਰਾ ਕਬਜ਼ਾ ਕਰਕੇ ਹੋਰ ਕੁਛ ਬਣਾ ਤਾ ਇਸਕਾ, ਪਰ ਇਹ ਕਹਿ ਲਓ ਵੀਰ ਜਿਹਨਾਂ ਨੇ ਕਿਰਾਏ ਦੇ ਕਬਜ਼ੇ ਰਿਹਾ ਤਾਂ ਉਨਕਾ ਵੀ ਨਹੀਂ, ਉਹ ਫਿਰ ਇਹ ਹੀ ਕਹਿ ਸਕਾਂ ਵੀਰ ਰਿਹਾ ਤਾਂ ਉਨਕਾ ਵੀ ਨਹੀਂ, ਫਿਰ ਜੇ ਮਹਾਰਾ ਨਹੀਂ ਹੋਇਆ ਫਿਰ ਉਨਕਾ ਵੀ ਨਹੀਂ ਹੋਇਆ। ਪੁਆਧ ਦਾ ਇਲਾਕਾ ਦਾ ਇਹ ਪੁਆਧ ਦਾ ਇਲਾਕਾ ਵੀਰ ਇਹ ਚੰਡੀਗੜ੍ਹ ਹੌਲੀ ਹੌਲੀ ਖਸਕਾ ਕਰ ਲੈ ਜਾਣਾ ਭਗਵੰਤ ਉਸਨੇ ਮੋਦੀ ਨੇ, ਇਹ ਲੇਖਾ ਜਾਵੇਗਾ ਇਸਕੇ ਵਿੱਚ ਮੈਂ ਕੋਈ ਦੋ ਰਾਏ ਨਹੀਂ ਵੀਰ, ਜਿਸ ਤਰ੍ਹਾਂ ਮਰਜ਼ੀ ਜ਼ੋਰ ਲਾ ਲਿਓ।
यो दिल्ली वाले जेड़ी चीज पर अख रख ला भीरा, यो कह लो भीरा जिस तरह मारे हुए नूपा कबाड़िया जिस पर अख रख ला भीरा, वाह नूपा कबाड़िया चीज खरीद का आटा भीरा, जिन्ना मर्जी जोर ला लो पिछा नहीं हटता। भगवंत मान की बात करा, चंडीगढ़ के मुद्दे पर मता पास करया, बीजेपी प्रधान द्वारा मते का विरोध करया, शर्मनाक बात करी कहा यो, और पंजाब के हकों खातर केंद्र अगे डटेंगे, यो भगवंत मान कह रहा, गैर भाजपा शासित सूबे पर हो रहा अत्याचार, यो बात कही, और पंजाब के हकों की जिथा भाई पंजाब के हकों वास्ते जो भी करना पे करेंगे, और BBMB नियमों के बच्चे तब्दीली के खिलाफ मता पेश, पंजाब के हकों पर डाका बर्दाश्त बिल्कुल नहीं करेंगे, यो भगवंत मान कल तो प्रेस कॉन्फ्रेंस के मुख्य गल् भगवंत मान ने करिया, और भगवंत मान ने जो बात कल कट का सारे के मूहरा रख दी। चलो यो बीरा इब CM पंजाब का यो तो बात करनी पवेंगी, और उधर भगवंत मान कल कह रहा, कहे चिट्टा का है बार्डर ते पार थे न्यांदा का, यो चिट्टा तो पंजाब में ही बन रहा, और उरा कहा चिट्टा बनाने वाले पंजाब के बिचे रहा, भगवंत मान ने यो बात कही, भगवंत मान कह रहा भी उरी बना इत्थे ही बना, और उरी बनावा चिट्टा, यो भगवंत मान ने कल बात करी बीरा, और भगवंत मान की यो बात के बाद एक बार फिर पंजाब के अंदर नशियां के मुद्दे पर सियासत गरमा गई, एक बार फिर लोग इस बात के ऊपर किंतु परंतु कर लग गई, क्या बात भी भगवंत मान को कितना पता भी उरा नशा बना यो बना, जे भगवंत मान को पता भी नशा बन रहा उरा फिर भगवंत मान इन्हों फटता क्यों नहीं, यो बात होगी बीरा, बात भी सही बीरा, जे भगवंत मान को पता भी उरा नशा बन रहा फिर भगवंत मान चाका दे अंदर अगलियां, बाकी उधर सदा देने के बावजूद का कानूनों के खिलाफ प्रदर्शन के बीच में शामिल हुआ था भगवंत मान, यो बीरा गुरजीत औजला कांग्रेस पार्टी का मैंबर पार्लीमेंट अंबरसर से, इसने कल बीरा तंज खसया भगवंत मान के उपर, और मैंने इसकी समझ में नहीं आती भी जब खेती कानून खिलाफ़ प्रदर्शन के बीच में शामिल नहीं होया भगवंत मान, फिर दसो भी चन्नी भी शामिल होया था, कैप्टन अमरिंदर भी गया था, इसका भी क्लीयर करो ना, बिट्टू और जीरे को कितना सम्मानित कराया किसानों ने, सारे ने देखा फिर बिट्टू और जीरा उत्थ बैठे थे, डिंपा भी बैठा था, एक यो निजी चैनल यो इन्हों पत्रकार की गल भी पै गया था पंगा जहा, सारे ने देखा फिर, और जे जो कह रहे भी प्रदर्शन भगवंत मान शामिल फिर वोटा किधर गई, थानू पैनिया चाहिए भगवंत मान को कितना पै गई है, यो कह लो भीर यो प्रदर्शन करा सब ते बड़ा खेती कानून के बारे में दसने वाला कौन था, भगवंत मान ने तो रौला पाया था विरोध करा था इस तरह का कानून आ रहा, इसके वीडियो बहुत सोशल मीडिया के ऊपर पता जाकर थम देख सका, और जितनी वीडियो देखिया पार्लीमेंट के बीच में सब ते ज़्यादा रौला कौन पाया करता भगवंत मान, भगवंत मान ने सुनया मैं भी होर तो सुनते रहा कुछ, किसी को हिंदी नहीं आती किसी को पंजाबी सही नहीं आती, यो यही काम चलता रहा, और उधर राणा गुरजीत और भगवंत मान के बीच बहस हो गई, राणा गुरजीत और भगवंत मान के बहस ज़्यादा होगी कहा घट्टो घट मुंडे यो तो सिखा का लियाओ, भगवंत मान कह रहा भी सदन में बोलना क्या कितना बोलना, यो भगवंत मान कह रहा, और राणा गुरजीत कह रहा कहा मेरा मुंडा कहा पहली बार सदन में आया था कहा उसने बोलने नहीं दिया गलत गल कहा, कहा वह भी कोई मुद्दा ही लेकर आया था, कहा जो मुद्दा सुन तो लेंदे छौ करा तो तैयारी करके आया रात का दस, मैंने राणे गुरजीत की समझ मान यारे भी दस यो गुस्सा इतना कर रहा जितना मुंडा पहली बार सदन मानी नानके गया था है मामिया ने बिना प्यार दे मोड़ त्या और इस गल का गुस्सा कर गया प्रौना यो कम हो गया बीरा है इतना लड़ रहे दस काटवा की तरह जे लड़ना बीरा थाना लड़ाई का तरह यूक्रेन चले जाओ बीर उत्था जाकर करो नाले उत्था बीजे की लोड़ है नहीं, बाकी यो कोई राणे गुरजीत को पूछे भी थारी थी पहला सरकार जा तार लेंदे चा छोकरे था बुलाले करते चा ला लेना था नवे मुद्दे थम चक दे थारी भी तो सरकार थी यार थारे तो कोई मुद्दा नहीं चक होया, हर उत्था सुखपाल खहरा जोड़ा हमेशा राणे गुरजीत को माड़ा कह करता लै वाह नहीं बोलिया कुछ मैं तो उसकी समझ में नहीं आई, फिर थारी अपनी सरकार थी जद चन्नी बैठिया कैप्टन बैठिया जद जद क्यों नहीं चाह तारे इन्होंने पूरे करे यो एक सवाल खड़ा हो, बाकी गल करे अरविंद केजरीवाल गल फिर मिलने पहुंच गया भगवंत मान तो पंजाब वाले नु दिल्ली वाले ने ना गेड़े मरा मरा करता बुढ़ा कर देना, ये तो चन्नी के भी ज्यादा गेड़े मार लग गया, चलो चन्नी तो हैलीकॉप्टर चढ़का दे गड्डी में जहा आ दिल्ली में यो कहा दिल्ली तो मैं पहला कहा दिल्ली पंजाब की कदे नहीं हुई दिल्ली तो यो कहा दिल्ली की
आर दिल्ली की बात करा, आर जल्दी जो थानू समझ भी आ जाएगा, ना ही यकीन रुक जो थोड़ा टाइम। अरे मैं यो नहीं समझ में आती, गया था उत्था किसी मिल गया था जिम्मेवारी जो तेनू दई सहु रचकई तो उत्था फिर रहा गेड़े खाँदा। लोगों ने भी हौली हौली समझ लगन लग गया, जिदन का 300 यूनिट वाला रौला जहा पिया भीरा, लोगों ने न्यू लगन लग गया भी माना कि झाड़ू वाले जिता गलती तेन कर ली। अरे इन्हों का रिश्ता यो कह लो यो राघव चड्डा भी गैल गया, यो कहने की बात भी साले पनवई वाले टाइप जहा बन गया रिश्ता इनका, जिदरा पहला चले करता और जिधर नणवईया उधर न साला इवो काम मूरा भी चलन लग गया। भगवंत मान भी यो कह लो भी रित्री इव बेचारा इसकी समझ में नहीं आती, कदे उसकी सुनो कदे इसकी सुनो कदे उसकी सुनो। और केजरीवाल ने अपना रिश्तेदार चड्डा भगवंत मान के उपर छड़ा वे निगर रख निगाह रख भी कोई होर ना फैसला कर दे जेड़ा मन पता ना हो। 24 घंटा सीह की तरह गैल गैल रहा। मैं तो हैरान भी जिदन उत्ता आयो कपड़े की नमैसमा गया वा तो उदन पता नहीं भगवंत मान गैल लेकर गया था भगवंत मान उरी तो नहीं बहुत पता। और अरविंद केजरीवाल वोटा के उच्च मैं गरंटी दे रहा था पंजाब में 300 यूनिट लाइट दे देंगे फ्री, हर घर में लाइट फ्री, सरकार बनने के बाद पहली कैबिनेट में मीटिंग होगी हर गरंटी लागू हो जाएगी। अज दूसरी कैबिनेट मीटिंग सुखा सह फेर नहीं आया पंजाब के लोगों। चलो 7:30 करती लाइट, इन्होंने कहा 7:30 वाला ही बजेगा खूबू थारे घर, सोच विचार का लाओ भीर चन्नी तो कर गया था 5:30 जाता जाता कह रहा जो 5:30 वाले रखो टीका। पर भीर भुलेखे बना रहे हो, यो थानू भुलेखा ही रहेगा फिर। चलो लाडा डिस्कशन रेडियो प्रोग्राम के बीच में यो अज की बड़िया खबर और खबर इतनी थारे गैल चले गया, चैनल कर दो सबसक्राइब एक बार फिर। सारे मैं धन्यवाद करा, पंजाबी ब्लॉगर यूट्यूब का चैनल इसका लिंक मैं सबसक्रिप्शन में पावगा, उत्थ जाकर थम जरूर मेरे चैनल में सबसक्राइब करो और वीडियो देखो। ये सारे लाडे की प्यार भरी सत श्री अकाल।